ਜਿੱਥੇ ਲੋਕ ਸਭਾ ਚੋਣਾਂ 'ਚ ਹੋਈ ਜਿੱਤ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਉੱਥੇ ਚੋਣਾਂ 'ਚ ਹੋਈ ਹਾਰ ਕਾਰਨ ਪਾਰਟੀਆਂ ਵੱਲੋਂ ਹਾਰ ਦਾ ਮੰਥਨ ਕੀਤਾ ਜਾ ਰਿਹਾ। ਫਰੀਦਕੋਟ ਤੋਂ ਵੀ ਅਕਾਲੀ ਭਾਜਪਾ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਕਾਂਗਰਸ ਦੇ ਮੁਹੰਮਦ ਸਦੀਕ ਤੋਂ ਵੱਡੇ ਫਰਕ ਨਾਲ ਹਾਰ ਗਏ, ਜਿਸ ਹਾਰ ਦਾ ਮੰਥਨ ਕਰਨ ਲਈ ਫਰੀਦਕੋਟ ਦੇ ਗੁਰਦੁਆਰਾ ਬੀਬੀ ਕਾਹਨ ਕੌਰ 'ਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਬਰਿੰਦਰ ਸਿੰਘ ਬਰਾੜ ਤੇ ਭਾਜਪਾ ਦੇ ਅਨਿਲ ਬਾਂਸਲ ਦੀ ਅਗਵਾਈ 'ਚ ਇਹ ਮੀਟਿੰਗ ਕੀਤੀ ਗਈ, ਜਿਸ 'ਚ ਅਕਾਲੀ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਸਨ। ਇਸ ਸੰਬੰਧ 'ਚ ਕੋਰ ਕਮੇਟੀ ਦੇ ਮੈਂਬਰ ਬਰਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਸਾਰਿਆਂ ਦਾ ਚੋਣ ਪ੍ਰਚਾਰ ਕਰਨ ਲਈ ਪਾਏ ਗਏ ਯੋਗਦਾਨ ਕਾਰਨ ਇਹ ਮੀਟਿੰਗ ਕੀਤੀ ਗਈ ਹੈ, ਜਿਸ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਕੌਂਸਲਰ ਮਨਜੀਤ ਸਿੰਘ ਧੰਮੂ ਨੇ ਕਿਹਾ ਕਿ ਇਹ ਮੀਟਿੰਗ ਚੋਣਾਂ 'ਚ ਹੋਈ ਹਾਰ ਨੂੰ ਲੈ ਕੇ ਕੀਤੀ ਗਈ ਹੈ ਤਾਂ ਕਿ ਚੋਣਾਂ 'ਚ ਹੋਈ ਹਾਰ ਦਾ ਪਤਾ ਲਗਾਇਆ ਜਾ ਸਕੇ ਤੇ ਆਉਣ ਵਾਲੇ ਭਵਿੱਖ 'ਚ ਵੋਟਾਂ 'ਚ ਵਾਧਾ ਕੀਤਾ ਜਾ ਸਕੇ। ਅੱਜ ਹੀ ਅਸੀਂ ਮੋਗਾ ਸ਼ਹਿਰੀ ਮੀਟਿੰਗ ਰੱਖੀ ਸੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਮੀਟਿੰਗ ਹੈ। ਇਹਦੇ ਵਿੱਚ ਅਸੀਂ ਅੱਜ ਸਾਰੇ ਹੀ ਸੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਦੇ ਵੱਲੋਂ ਪੂਰਾ ਪਰਜੋਰ ਲੋਕਾਂ ਨੂੰ ਅਪੀਲਾਂ ਕੀਤੀਆਂ ਵੋਟਾਂ ਵਾਸਤੇ, ਔਰ ਸਭ ਤੋਂ ਵੱਡਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹੱਕ 'ਚ ਕੀਤਾ ਔਰ ਬਹੁਤ ਮਿਹਨਤ ਕੀਤੀ ਔਰ ਪੂਰੇ ਸਿਰੜੀ ਉਹਨਾਂ ਵਰਕਰਾਂ ਉਹਨਾਂ ਆਗੂ ਸਾਹਿਬਾਨਾਂ ਲੀਡਰ ਸਾਹਿਬਾਨਾਂ ਦੀ ਮੀਟਿੰਗ ਸੀ। ਉਹਦੇ ਵਿੱਚ ਸਾਰੀ ਸੰਗਤ ਨੇ ਜਿੱਥੇ ਵਿਊ ਵੀ ਲਏ ਗਏ, ਵਿਚਾਰ ਦਿੱਤੇ, ਲੀਡਰ ਸਾਹਿਬਾਨ ਬੋਲੇ, ਉੱਥੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸੰਬੰਧਿਤ ਅੱਜ ਇਹ ਮੀਟਿੰਗ ਜਿਹੜੀ ਸੰਪੰਨ ਕੀਤੀ ਗਈ। ਅੱਜ ਜਿਹੜੀ ਮੀਟਿੰਗ ਰੱਖੀ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਦੀ ਅਗਵਾਈ ਵਿੱਚ ਹੋਈ ਆ, ਜਿਹੜੀ ਆ ਪਿੱਛੇ ਚੋਣ ਲੰਘ ਕੇ ਗਈ ਐਮ ਪੀ ਦੀ, ਉਹਦੇ ਵਾਸਤੇ ਲੇਖਾ ਜੋਖਾ ਜਿਹੜੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਆ, ਕਿੱਥੋਂ ਵੋਟ ਵਧੀ ਆ ਕਿੱਥੋਂ ਘਟੀ ਆ, ਕਿ ਜਿਹੜੇ ਇਹਦੇ ਨਾਲ ਸਾਰੇ ਵਰਕਰਾਂ ਦਾ ਉਤਸ਼ਾਹ ਵੀ ਕੀਤਾ, ਅਸੀਂ ਧੰਨਵਾਦ ਵੀ ਕੀਤਾ ਵਰਕਰਾਂ ਦਾ, ਗਾਂਹ ਨੂੰ ਜਦੋਂ ਜਿੱਥੋਂ ਵੋਟ ਘਟੀ ਆ ਅਸੀਂ ਉਹਦਾ ਕਾਰਨ ਲੱਭਾਂਗੇ ਅਤੇ ਉੱਥੇ ਅਸੀਂ ਵੱਧ ਤੋਂ ਵੱਧ ਆਪਦੇ ਬੰਦੇ ਵਰਕਰਾਂ ਨੂੰ ਲਾ ਕੇ ਉੱਥੇ ਵੋਟ ਵਧਾਵਾਂਗੇ। ਧੰਨਵਾਦ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।